ਗੁੱਡ ਆਫਟਰਨੂਨ ਚੰਡੀਗੜ੍ਹ ਲੈ ਕੇ ਆ ਗਿਆ ਤੁਹਾਡੇ ਲਈ ਬਹੁਤ ਸੋਹਣਾ ਜਿਹਾ ਇੰਡੀਪੈਂਡੈਂਟ ਵਿਲਾ ਏਅਰਪੋਰਟ ਰੋਡ PR7 ਮੋਹਾਲੀ ਦੀ ਮੇਨ ਏਅਰਪੋਰਟ ਰੋਡ ਦੇ ਬਿਲਕੁਲ ਨਜ਼ਦੀਕ ਸੈਕਟਰ 123 ਦੀ ਲੋਕੇਸ਼ਨ ਵੈਸਟ ਫੇਸਿੰਗ 107 ਗਜ਼ ਵਿੱਚ ਇਸਨੂੰ ਤੁਹਾਡੇ ਲਈ ਡਿਜ਼ਾਈਨ ਕੀਤਾ ਗਿਆ ਆ ਅਤੇ ਪ੍ਰਾਈਜ਼ ਡਿਮਾਂਡ 92 ਲੱਖ ਰੱਖੀ ਗਈ ਹੈ। ਵਿਲਾ ਬਹੁਤ ਹੀ ਸੋਹਣੇ ਇੰਟੀਰੀਅਰ ਨਾਲ ਡਿਲੀਵਰਡ ਕੀਤਾ ਜਾ ਰਿਹਾ ਆ, ਸੋ ਅਗਰ ਤੁਹਾਡਾ ਬਜਟ ਵੀ 1 crore ਤੋਂ ਲੈਸ ਦਾ ਹੈ ਤਾਂ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਇਸ ਪ੍ਰੋਪਰਟੀ ਨੂੰ ਜ਼ਰੂਰ ਦੇਖ ਸਕਦੇ ਹੋ। ਕੁਆਲਿਟੀ ਪਲੱਸ ਇੰਟੀਰੀਅਰ ਦੋਨੋਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਗਿਆ। ਲੋਨ ਫੈਸਿਲਿਟੀ ਅਪ ਟੂ 80% ਤੱਕ 75% ਤੱਕ ਹਰ ਪ੍ਰੋਪਰਟੀ 'ਤੇ ਹੋਈ ਜਾਂਦੀ ਹੈ, ਸੋ ਈਜ਼ਲੀ EMI ਆਪਸ਼ਨ ਤੁਹਾਨੂੰ ਅਵੇਲੇਬਲ ਹੋ ਜਾਂਦੀ ਹੈ। ਘਰ ਦੀ ਲੋਕੇਸ਼ਨ ਪ੍ਰਾਈਮ ਹੈ, ਗੇਟਿਡ ਸੋਸਾਇਟੀ ਰਹੇਗੀ, ਸੋ ਪੂਰਾ ਘਰ ਨੂੰ ਦੇਖਣ ਲਈ ਵੀਡੀਓ 'ਚ ਬਣੇ ਰਹੀ ਹੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਦੈਟ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਆਓ ਤੁਹਾਨੂੰ ਪੂਰਾ ਘਰ ਦਿਖਾਉਂਦੇ ਹਾਂ ਕਿਵੇਂ ਦਾ ਡਿਲੀਵਰ ਕਰਨ ਜਾ ਰਹੇ ਹਾਂ। ਸੋ ਇਹ ਆ ਜਾਏਗਾ ਘਰ ਦਾ ਬਿਊਟੀਫੁੱਲ ਜਿਹਾ ਡਬਲ ਸਟੋਰੀ ਫਰੰਟ ਐਲੀਵੇਸ਼ਨ, HDMR ਬੋਰਡ ਦਾ ਯੂਜ਼ ਦਿਖ ਰਿਹਾ ਆ, ਫਾਲ ਸੀਲਿੰਗ 'ਚ ਲਾਈਟਸ ਦਿਖ ਰਹੀਆਂ ਆ, ਟਾਇਲਸ ਕਲਰ ਦਿਖ ਰਿਹਾ ਡਬਲ ਸ਼ੇਡਿਡ, ਸਟੇਨਲੈਸ ਸਟੀਲ ਦੀ ਰੇਲਿੰਗ ਦਿਖ ਰਹੀ ਹੈ ਟਫਨ ਗਲਾਸ ਦੇ ਨਾਲ, ਅਤੇ ਮੈਨੀ ਮੋਰ ਐਂਟਰੀ ਗੇਟ ਡਬਲ ਪਿਲਰਸ ਦੇ ਨਾਲ ਰਹੇਗਾ ਜਿਸ ਉੱਤੇ ਲੈਂਪਸ ਲੱਗੇ ਹੋਏ ਆ। ਲੋਕ ਹਮੇਸ਼ਾ ਕਹਿੰਦੇ ਆ ਲੋਕੈਲਿਟੀ ਜ਼ਰੂਰ ਦਿਖਾ ਦਿਉ, ਤਾਂ ਲੋਕੈਲਿਟੀ ਬਿਲਕੁਲ ਡਿਵੈਲਪਮੈਂਟ ਹੋ ਚੁੱਕੀ ਹੈ, ਰੋਡਸ ਬਣ ਚੁੱਕੀਆਂ ਹੈ, ਫੈਮਿਲੀਜ਼ ਇਸ ਲਾਈਨ ਵਿੱਚ ਆਲਰੇਡੀ ਸ਼ਿਫਟ ਕਰ ਚੁੱਕੀਆਂ ਹੈ, ਰਹਿ ਰਹੀਆਂ ਆ। ਇਸ ਆਪਣੇ ਸਾਹਮਣੇ ਕਮਰਸ਼ੀਅਲ ਸ਼ੋਰੂਮ ਆ ਜਾਣਗੇ, ਸੋ ਡੇਲੀ ਨੀਡ ਦਾ ਸਮਾਨ ਸਾਰਾ ਤੁਹਾਨੂੰ ਘਰ ਦੇ ਨਜ਼ਦੀਕ ਹੀ ਮਿਲ ਜਾਏਗਾ। ਘਰ ਦਾ ਲਗਭਗ 21 ਫੀਟ ਦਾ ਫਰੰਟ ਹੈ, ਸੋ ਘਰ ਨੂੰ ਬਹੁਤ ਹੀ ਖੂਬਸੂਰਤ ਬਣਾ ਦਿੰਦਾ ਹੈ। 45 ਫੀਟ ਦੇ ਆਸ ਪਾਸ ਇਸਦੀ ਲੰਬਾਈ ਆ ਜਾਏਗੀ, ਲੈਂਥ ਆ ਜਾਏਗੀ। ਇੱਕ ਗੱਡੀ ਤੁਹਾਡੀ ਆਊਟਰ ਪਾਰਕ ਹੋ ਜਾਏਗੀ, ਇੱਕ ਗੱਡੀ ਨੂੰ ਤੁਸੀਂ ਇੰਟਰਨਲ ਪਾਰਕ ਕਰ ਸਕਦੇ ਹੋ। ਜੇਕਰ ਤੁਹਾਡੀ ਸਡਾਨ ਜਾਂ SUV ਕਾਰ ਹੈ, ਆਪਾਂ ਗੇਟ ਨੂੰ ਬਿਲਕੁਲ ਇਸ ਜਗ੍ਹਾ ਤੱਕ ਐਕਸਟੈਂਡ ਕਰ ਸਕਦੇ ਹਾਂ, ਜੋ ਕਿ ਪ੍ਰੋਵੀਜ਼ਨ ਅਵੇਲੇਬਲ ਹੈਗਾ ਆ। ਆਊਟਰ ਸਟੇਅਰ ਹੈ, ਸੋ ਫਰਸਟ ਫਲੋਰ ਨੂੰ ਤੁਸੀਂ ਰੈਂਟ ਆਊਟ ਕਰ ਸਕਦੇ ਹੋ, ਜੋ ਕਿ ਤੁਹਾਨੂੰ ਰੈਂਟਲ ਇਨਕਮ ਵੀ ਪ੍ਰੋਵਾਈਡ ਕਰੇਗਾ। ਨੀਚੇ ਤੁਹਾਡਾ ਸਟੋਰੇਜ ਸਪੇਸ ਆ ਜਾਏਗਾ, ਜਿਸ ਵਿੱਚ ਤੁਹਾਡਾ ਸਿਲੰਡਰ ਜਾਂ ਇਨਵਰਟਰ ਫਿੱਟ ਹੋ ਜਾਂਦਾ ਆ। ਇਸ ਆਪਣੀ ਬਾਈਕ ਪਾਰਕਿੰਗ ਏਰੀਆ ਵੀ ਮਿਲੇਗਾ, ਸੋ ਹਰ ਤਰ੍ਹਾਂ ਦੀ ਫੈਸਿਲਿਟੀ ਘਰ ਵਿੱਚ ਤੁਹਾਨੂੰ ਜ਼ਰੂਰ ਮਿਲ ਰਹੀ ਹੈ। ਈਜ਼ਲੀ 2 bikes ਇਸ ਜਗ੍ਹਾ 'ਤੇ ਪਾਰਕ ਹੋ ਜਾਣਗੀਆਂ। ਘਰ ਦਾ ਆਪਣੇ ਆਪ 'ਚ ਡਿਜ਼ਾਈਨ ਬਹੁਤ ਹੀ ਪਿਆਰਾ ਰੱਖਿਆ ਗਿਆ ਹੈ। ਐਂਟਰੀ ਦੇਖਦੇ ਹਾਂ, ਪਹਿਲੇ ਐਂਟਰੀ ਡੋਰ ਦੇਖਦੇ ਹਾਂ, ਵੁਡਨ ਦਾ ਬਹੁਤ ਖੂਬਸੂਰਤ ਜਿਹਾ ਡੋਰ ਮਿਲੇਗਾ ਵਿਦ ਡਿਜੀਟਲ ਲੋਕ ਦੇ ਨਾਲ, ਔਰ ਐਂਟਰ ਕਰਦੇ ਤੁਹਾਡਾ ਬਿਊਟੀਫੁੱਲ ਜਿਹਾ ਲਿਵਿੰਗ ਏਰੀਆ ਆ ਜਾਏਗਾ। 5-seater ਸੋਫਾ ਲੱਗਾ ਹੋਇਆ, ਤੁਸੀਂ 7 ਵੀ ਲਗਾ ਸਕਦੇ ਹੋ, ਵਿਚ ਇਜ਼ ਪਰਫੈਕਟ। ਫਾਲ ਸੀਲਿੰਗ 'ਚ ਤੁਹਾਨੂੰ ਵੁਡਨ ਵਰਕ ਪਲੱਸ ਲਾਈਟਸ ਪਲੱਸ ਪ੍ਰੋਫਾਈਲ ਲਾਈਟ ਦਾ ਯੂਜ਼ ਦੇਖਣ ਨੂੰ ਮਿਲ ਰਿਹਾ ਆ। ਆਪਣੇ ਆਪ 'ਚ ਫਾਲ ਸੀਲਿੰਗ ਬਹੁਤ ਪਿਆਰੀ ਹੋ ਜਾਂਦੀ ਹੈ। ਡਰੋਇੰਗ ਏਰੀਆ ਦੀ ਮੇਨ ਵਾਲ POP ਪਲੱਸ ਵਾਲਪੇਪਰ ਦਾ ਕੋਂਬੀਨੇਸ਼ਨ ਦੇਖਣ ਨੂੰ ਮਿਲ ਰਿਹਾ ਆ, ਆਪਣੇ ਆਪ 'ਚ ਰੋਇਲ ਲੁੱਕ ਦੇ ਰਹੀ ਹੈ। ਇਸ ਸੱਚ ਤੁਹਾਡਾ ਲਿਵਿੰਗ ਏਰੀਆ ਦਾ TV ਪੈਨਲ ਕਮ ਕਰੋਕਰੀ ਸਟੈਂਡ ਆ ਜਾਏਗਾ, ਪੂਰਾ ਵਾਲ ਸਾਈਜ਼ ਦਾ ਡਿਜ਼ਾਈਨ ਕੀਤਾ ਗਿਆ, ਬਹੁਤ ਹੀ ਪਿਆਰਾ ਲੱਗ ਰਿਹਾ ਆ। ਸੋ ਡੈਫੀਨੇਟਲੀ 92 lakh ਦਾ ਕਾਰ ਤੁਹਾਨੂੰ ਬਹੁਤ ਪਿਆਰੀ ਲੁੱਕ ਦੇਣ ਵਾਲਾ ਆ। ਇਸ ਸੱਚ ਆਪਣੀ ਮਾਡੂਲਰ ਕਿਚਨ ਆ ਗਈ, ਅਪਰ ਐਂਡ ਡਾਊਨ ਦੋਨੋਂ ਤਰ੍ਹਾਂ ਦੇ ਕੈਬਿਨੇਟਸ ਤਿਆਰ ਕੀਤੇ ਗਏ ਆ, ਪਲੱਸ ਤੁਹਾਡੀ ਪੈਂਟਰੀ ਆ ਜਾਏਗੀ। ਇਸ ਸੱਚ ਤੁਹਾਡੇ ਸਾਊਂਡਲੈਸ ਸਿੰਕ ਆ ਜਾਣਗੇ, ਸਹਿਰਾ ਦੀ ਬ੍ਰਾਂਡਿਡ ਫਿਟਿੰਗ ਮਿਲਣ ਵਾਲੀ ਹੈ, ਕੈਬਿਨੇਟ ਤੁਹਾਨੂੰ ਸੋਫਟ ਕਲੋਜਰ ਮਿਲਣ ਵਾਲੇ ਆ। ਆਓ ਬੈੱਡਰੂਮ ਦੇਖਦੇ ਹਾਂ, ਗਰਾਊਂਡ ਫਲੋਰ 'ਤੇ ਟੋਟਲ 2 bedrooms ਨੇ, ਜਿਸ ਵਿੱਚੋਂ ਇਹ ਤੁਹਾਡਾ ਖੂਬਸੂਰਤ ਜਿਹਾ ਫਸਟ ਬੈੱਡਰੂਮ ਆ ਗਿਆ। ਫਾਲ ਸੀਲਿੰਗ ਬਹੁਤ ਪਿਆਰੀ ਹੈ, ਸਾਹਮਣੇ ਨੈਚੁਰਲ ਲਾਈਟ ਦੀ ਵਿੰਡੋ ਆ ਗਈ, ਬੈੱਡ ਦੀ ਬੈਕ ਵਾਲ ਬਿਲਕੁਲ ਸੇਮ ਰਹੇਗੀ, ਵਾਲਪੇਪਰ 'ਚ ਤੁਹਾਨੂੰ ਚੋਇਸ ਮਿਲ ਜਾਏਗੀ। ਕਬਰਸ ਤੁਹਾਡੇ ਫੁੱਲ ਲੈਂਥ ਦੇ ਆ ਗਏ, ਵਿੱਚ ਲਾਈਟਸ ਲੱਗੀਆਂ ਹੋਈਆਂ ਆ, ਸੋ ਜਦੋਂ ਕਬਰਸ ਨੂੰ ਓਪਨ ਕਰਾਂਗੇ ਲਾਈਟ ਔਨ ਹੋ ਜਾਏਗੀ। ਇਸ ਸੱਚ ਤੁਹਾਡਾ TV ਪੈਨਲ ਆ ਗਿਆ, ਬਹੁਤ ਹੀ ਪਿਆਰਾ ਲੱਗ ਰਿਹਾ ਆ, ਬਹੁਤ ਹੀ ਪਿਆਰਾ ਕੋਂਬੀਨੇਸ਼ਨ ਰੱਖਿਆ ਗਿਆ। ਇਸ ਤਰਫ ਤੁਹਾਡਾ ਅਟੈਚ ਵਾਸ਼ਰੂਮ ਆ ਜਾਏਗਾ, ਵੈਨਿਟੀ ਨਾਲ ਮਿਲਣ ਵਾਲੀ ਹੈ। ਇਸ ਤਰਫ ਤੁਹਾਡੀ ਸਿਟਿੰਗ ਏਰੀਆ ਆ ਗਿਆ, ਔਰ ਸ਼ਾਵਰ ਏਰੀਆ ਬਿਲਕੁਲ ਤੁਹਾਡਾ ਸੈਪਰੇਟ ਆ ਗਿਆ।
ਚੱਲਦੇ ਹਾਂ ਆਪਾਂ ਸੈਕਿੰਡ ਬੈੱਡਰੂਮ ਦੀ ਤਰਫ ਜੋ ਕਿ ਗਰਾਊਂਡ ਫਲੋਰ 'ਤੇ ਹੀ ਡਿਜ਼ਾਈਨ ਕੀਤਾ ਗਿਆ ਆ, ਵਧੀਆ ਲੱਗੇਗਾ ਤੁਹਾਨੂੰ ਦੇਖ ਕੇ। ਸੋ ਇਸ ਤਰਫ ਆ ਗਿਆ ਆਪਣਾ ਸੈਕਿੰਡ ਬੈੱਡਰੂਮ। ਬੈੱਡ ਦੀ ਬੈਕ ਵਾਲ ਬਹੁਤ ਹੀ ਸੋਹਣੀ ਡਿਜ਼ਾਈਨ ਕੀਤੀ ਗਈ ਹੈ, ਫੋਲ ਸੀਲਿੰਗ 'ਚ ਐੱਲ ਈ ਡੀ ਲਾਈਟ ਅਤੇ ਪ੍ਰੋਫਾਈਲ ਲਾਈਟ ਦਾ ਯੂਜ਼ ਦੇਖਣ ਨੂੰ ਮਿਲ ਰਿਹਾ ਆ। ਇਸ ਤਰ੍ਹਾਂ ਤੁਹਾਡੇ ਸਲਾਈਡਰ ਕਬਰਡਸ ਆ ਗਏ ਫੁੱਲ ਲੈਂਥ ਦੇ, ਔਰ ਇਸ ਤਰ੍ਹਾਂ ਤੁਹਾਡਾ ਟੀ ਵੀ ਪੈਨਲ ਆ ਗਿਆ। ਓਵਰਆਲ ਲੁੱਕ ਬਹੁਤ ਹੀ ਵਧੀਆ ਘਰ ਦੀ ਲੱਗ ਰਹੀ ਹੈ। ਇਸ ਤਰ੍ਹਾਂ ਆਪਾਂ ਦੇਖੀਏ ਇਸ ਰੂਮ ਦੇ ਨਾਲ ਵੀ ਆਪਣਾ ਅਟੈਚ ਵਾਸ਼ਰੂਮ ਆ ਗਿਆ, ਟਾਇਲ ਡਬਲ ਸ਼ੇਡਿਡ ਲਗਾਈਆਂ ਗਈਆਂ, ਬਹੁਤ ਹੀ ਪਿਆਰੀ ਲੁੱਕ ਦੇ ਰਹੀਆਂ ਆ। ਇਸ ਤਰਫ ਆਪਣਾ ਮੈਸ਼ ਡੋਰ ਅਤੇ ਵੁਡਨ ਡੋਰ ਆ ਗਿਆ ਜੋ ਕਿ ਵਾਸ਼ਿੰਗ ਏਰੀਆ ਵੱਲ ਰਹੇਗਾ, ਔਰ ਇਸ ਤਰ੍ਹਾਂ ਦੇਖੀਏ ਆਪਣਾ ਵਾਸ਼ਿੰਗ ਏਰੀਆ ਆ ਗਿਆ, ਵਧੀਆ ਸਪੇਸ ਹੈ। ਵਾਸ਼ਿੰਗ ਮਸ਼ੀਨ ਲੱਗਣ ਤੋਂ ਬਾਅਦ ਤੁਹਾਡਾ ਇੱਕ ਸਟੈਂਡ ਵੀ ਨੀਚੇ ਲੱਗ ਜਾਏਗਾ। ਹੁਣ ਚੱਲਦੇ ਹਾਂ ਫਸਟ ਫਲੋਰ ਦੇ ਵੱਲ ਜਿੱਥੇ ਤੁਹਾਡੇ ਲਈ ਦੋ ਬੈੱਡਰੂਮ, ਵਨ ਬੈੱਡਰੂਮ ਪਲੱਸ ਕਿਚਨ ਪਲੱਸ ਟੈਰਿਸ ਏਰੀਆ ਡਿਜ਼ਾਈਨ ਕੀਤਾ ਗਿਆ ਹੈ। ਤੁਹਾਡਾ ਮਾਸਟਰ ਬੈੱਡਰੂਮ ਵੀ ਫਸਟ ਫਲੋਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਅਗਰ ਤੁਸੀਂ ਰੈਂਟ ਆਊਟ ਨਹੀਂ ਕਰਦੇ ਤਾਂ ਫਸਟ ਫਲੋਰ ਤੁਹਾਨੂੰ ਬਹੁਤ ਹੀ ਪਿਆਰੀ ਲੁੱਕ ਦੇਗਾ ਰਹਿਣ ਲਈ। ਫਸਟ ਆਫ ਆਲ ਫਰੰਟ 'ਤੇ ਤੁਹਾਡੀ ਬੈਲਕਨੀ ਆ ਗਈ, ਰੂਮ ਵੱਲੋਂ ਵੀ ਐਕਸੈਸ ਰਹੇਗਾ ਤੁਹਾਡਾ ਬੈਲਕਨੀ ਦਾ। ਇਸ ਤਰ੍ਹਾਂ ਸਾਰਾ ਟੈਕਸਚਰ ਵਰਕ ਆ ਗਿਆ, ਫਰੰਟ 'ਤੇ ਝੂਮਾ ਲੱਗਾ ਹੋਇਆ ਆ। ਫਸਟ ਫਲੋਰ 'ਤੇ ਐਂਟਰ ਕਰਦੇ ਸਭ ਤੋਂ ਪਹਿਲੇ ਤੁਹਾਡੀ ਮਾਡੂਲਰ ਕਿਚਨ ਆ ਜਾਏਗੀ ਜੋ ਕਿ ਕੁਛ ਇਸ ਪ੍ਰਕਾਰ ਦੀ ਲੱਗ ਰਹੀ ਹੈ। ਕਿਚਨ ਦੇ ਸਾਈਡ 'ਤੇ ਤੁਹਾਡਾ ਬੈੱਡਰੂਮ ਆ ਜਾਏਗਾ, ਬਹੁਤ ਹੀ ਪਿਆਰਾ ਡਿਜ਼ਾਈਨ ਕੀਤਾ ਗਿਆ, ਮਾਸਟਰ ਬੈੱਡਰੂਮ ਹੈ। ਫੋਲ ਸੀਲਿੰਗ ਬਹੁਤ ਹੀ ਪਿਆਰੀ ਲੱਗ ਰਹੀ ਆ, ਕਰਟਨਸ ਡਬਲ ਸ਼ੇਡਿਡ ਲੱਗੇ ਹੋਏ ਆ, ਬੈੱਡ ਦੀ ਬੈਕ ਵਾਲ ਵਾਲਪੇਪਰ ਆ ਗਿਆ, ਫੁੱਲ ਸਾਈਜ਼ ਕਬਰਡਸ ਆ ਗਏ ਪਲੱਸ ਟੀ ਵੀ ਪੈਨਲ ਆ ਗਿਆ। ਫੋਲ ਸੀਲਿੰਗ ਬਹੁਤ ਹੀ ਪਿਆਰੀ ਲੁੱਕ ਦੇ ਰਹੀ ਹੈ। ਇਸ ਰੂਮ ਦਾ ਡਰੈਸਿੰਗ ਏਰੀਆ ਚੇਂਜਿੰਗ ਏਰੀਆ 'ਚ ਬਣਾਇਆ ਗਿਆ, ਬਹੁਤ ਹੀ ਪਿਆਰਾ ਲੱਗ ਰਿਹਾ, ਸੇਮ ਡਿਲੀਵਰ ਕੀਤਾ ਜਾਏਗਾ। ਇਸ ਰੂਮ ਦੇ ਨਾਲ ਵੀ ਆਪਣਾ ਅਟੈਚ ਵਾਸ਼ਰੂਮ ਆ ਗਿਆ, ਟਾਇਲ ਡਬਲ ਸ਼ੇਡਿਡ ਲੱਗੀਆਂ ਹੋਈਆਂ, ਬਹੁਤ ਪਿਆਰੀਆਂ ਲੱਗ ਰਹੀਆਂ ਹੈ। ਵਾਸ਼ਰੂਮ ਸਪੇਸ 'ਚ ਕੋਈ ਵੀ ਕਮੀ ਨਹੀਂ ਛੱਡੀ ਗਈ। ਬੈਕ ਸਾਈਡ ਆਪਣਾ ਟੈਰਿਸ ਏਰੀਆ ਆ ਗਿਆ, ਇਹ ਆ ਗਿਆ ਆਪਣਾ ਛੋਟਾ ਜਿਹਾ ਟੈਰਿਸ ਏਰੀਆ ਜਿਸ 'ਤੇ ਦੋ ਬੈੱਡਰੂਮ ਕੱਲ੍ਹ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਹੋਰ ਜ਼ਿਆਦਾ। ਸੋ ਇਸ ਤੁਹਾਡਾ ਪਲਾਂਟਸ ਏਰੀਆ ਆ ਗਿਆ। ਸੋ ਅਗਰ ਇਸ ਘਰ ਨੂੰ ਤੁਸੀਂ ਆਪਣਾ ਬਣਾਉਣਾ ਚਾਹੁੰਦੇ ਹੋ, ਸਕਰੀਨ 'ਤੇ ਸਾਡਾ ਨੰਬਰ ਮੈਨਸ਼ਨ ਹੈ, ਜਸਟ ਕਾਲ ਅਸ ਅਤੇ ਆਪਣੀ ਵਿਜ਼ਿਟ ਪਲੈਨ ਕਰ ਸਕਦੇ ਹੋ। ਕਿਸੇ ਵੀ ਤਰੀਕੇ ਦਾ ਕਮਿਸ਼ਨ ਚਾਰਜ ਕਲਾਇੰਟਸ ਨੂੰ ਨਹੀਂ ਕੀਤਾ ਜਾਂਦਾ, ਸੋ ਫੀਲ ਫਰੀ ਹੋ ਕੇ ਵਿਜ਼ਿਟ ਪਲੈਨ ਕਰੋ। ਥੈਂਕ ਯੂ ਐਵਰੀਵਨ, ਜਲਦੀ ਮਿਲਾਂਗੇ ਨਵੀਂ ਵੀਡੀਓਜ਼ 'ਚ।